6 ਸਤੰਬਰ ਤੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਸ਼ੁਰੂ ਕਰਨ ਜਾ ਰਹੇ ਨੇ ਪੰਜਾਬ ਪਰਿਵਰਤਨ ਯਾਤਰਾ ਗੁਰਦਾਸਪੁਰ ਤੋਂ ਹੋਵੇਗੀ ਸ਼ੁਰੂਆਤ ਵਰਕਰਾਂ ਨਾਲ ਮੁਲਾਕਾਤ ਕਰ ਜਾਣਗੇ ਉਹਨਾਂ ਦੀ ਰਾਏ ਸਰਦਾਰ ਸੁੱਚਾ ਸਿੰਘ ਛੋਟੇਪੁਰ ਦਾ ਦਾਵਾ ਵਰਕਰਾਂ ਦੀ ਰਾਏ ਨਾਲ ਕਰਨਗੇ ਅਗਲੇ ਕਦਮ ਦਾ ਫੈਸਲਾ ਰੇਪ ਦੇ ਮੁਲਜ਼ਮ ਕੇਜਰੀਵਾਲ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਨੂੰ ਇੱਕ ਦਿਨ ਦੀ ਪੁਲਿਸ ਰਿਮਾਂਡ ਪੁਲਿਸ ਨੇ ਮੰਗੀ ਸੀ 14 ਦਿਨਾਂ ਦੀ ਕਸਟਡੀ ਆਪਣੀ ਹੀ ਪਾਰਟੀ ਚ ਆਸ਼ੂਤੋਸ਼ ਤੇ ਕਾਰਵਾਈ ਦੀ ਉੱਠੀ ਮੰਗ ਕਸ਼ਮੀਰ ਚ ਆਲ ਪਾਰਟੀ ਵਫਦ ਨਾਲ ਪੀਡੀਪੀ ਦੀ 3 ਸੂਤਰੀ ਮੰਗ ਅਫਸਪਾ ਤੇ ਦੁਬਾਰਾ ਵਿਚਾਰ ਪੈਲੇਟ ਗੰਨ ਦਾ ਬੰਦ ਹੋਵੇ ਇਸਤੇਮਾਲ ਕੇਂਦਰ ਤੋਂ ਮਿਲੇ ਜ਼ਿਆਦਾ ਫੰਡ ਪਟਿਆਲਾ ਤੋਂ ਸਾਹਮਣੇ ਆਇਆ ਹਾਰਰ ਕਿਲਿੰਗ ਦਾ ਮਾਮਲਾ ਭਰਾ ਤੇ ਲੱਗਾ ਭੈਣ ਦੇ ਕਤਲ ਦਾ ਇਲਜ਼ਾਮ ਪਰਿਵਾਰ ਦੀ ਮਰਜ਼ੀ ਖਿਲਾਫ ਭੈਣ ਦੇ ਵਿਆਹ ਤੋਂ ਨਾਰਾਜ਼ ਸੀ ਭਰਾ ਗੁੜਗਾਉਂ ਚ 40 ਲੱਖ ਰੁਪਏ ਦੇ ਨਕਲੀ ਨੋਟ ਬਰਾਊਨ ਸ਼ੂਗਰ ਅਤੇ ਚਰਚ ਦੇ ਨਾਲ 4 ਲੋਕ ਗ੍ਰਿਫ਼ਤਾਰ ਗ੍ਰਿਫ਼ਤਾਰ ਲੋਕਾਂ ਚ 1 ਮਹਿਲਾ ਅਤੇ 1 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਅਧਿਆਪਕ ਦਿਹਾੜੇ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦਾ ਪੰਜਾਬ ਸਰਕਾਰ ਵੱਲੋਂ ਐਲਾਨ ਸਿੱਖਿਆ ਦੇ ਖੇਤਰ ਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ 34 ਅਧਿਆਪਕਾਂ ਨੂੰ ਸਟੇਟ ਅਵਾਰਡ 26 ਹੋਰ ਅਧਿਆਪਕਾਂ ਲਈ ਪ੍ਰਸ਼ੰਸਾ ਪੱਤਰ ਤਾਂ 2 ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਹਰਿਆਣਾ ਦੇ ਸੂਰਜਕੁੰਡ ਚ ਅਭਿਨਵ ਬਿੰਦਰਾ ਨੇ ਕੀਤਾ ਸ਼ੂਟਿੰਗ ਤੋਂ ਸੰਨਿਆਸ ਦਾ ਐਲਾਨ ਨਵੀਂ ਪੀੜ੍ਹੀ ਨੂੰ ਸੌਂਪੀ ਮਸ਼ਾਲ